اور میں ਤੁਹਾਨੂੰ ਦੱਸਿਆ ਸੀ ਕਿ ਫਲੂ ਦਾ ਕੋਕ ਸੀਜ਼ਨ ਇਸ ਵੇਲੇ ਚੱਲ ਰਿਹਾ ਹੈ ਆਮ ਲੋਕਾਂ ਨੂੰ ਇਸ ਵੇਲੇ ਮੁਸ਼ਕਲ ਆ ਰਹੀ ਹੈ ਇਸ ਫਲੂ ਦੇ ਸੀਜ਼ਨ ਦੇ ਵਿੱਚ ਕਿਸੇ ਨੂੰ ਜ਼ੁਕਾਮ ਹੋ ਰਿਹਾ ਹੈ ਕਿਸੇ ਨੂੰ ਛਿੱਕਾਂ ਆ ਰਹੀਆਂ ਕਿਸੇ ਨੂੰ ਬੁਖਾਰ ਹੋ ਰਿਹਾ ਹੈ ਤੇ ਇਹ ਵਿੰਟਰ ਦਾ ਜਿਹੜਾ ਸੀਜ਼ਨ ਸ਼ੁਰੂ ਹੋਇਆ ਹੈ ਇਹ ਆਪਣੇ ਆਪ ਦੇ ਵਿੱਚ ਫਲੂ ਦਾ ਸੀਜ਼ਨ ਵੀ ਹੈ ਇਸ ਕਰਕੇ ਤੁਸੀਂ ਇਕੱਲੇ ਨਹੀਂ ਹੋ ਜੇ ਇਸ ਤਰ੍ਹਾਂ ਤੁਸੀਂ ਮਹਿਸੂਸ ਕਰ ਰਹੇ ਹੋ ਵੋ ਇਸ ਵੇਲੇ ਫਲੂ ਦਾ ਸੀਜ਼ਨ ਹੈ ਅਸੀਂ ਅ ਡਾਕਟਰ ਹਰਗੁਰਜੀਤ ਬਾਜਵਾ ਹੋਰ ਨਗਰ ਸਮਾਂ ਲੱਗਾ ਤੇ ਕੱਲ ਇਸ ਵਿਸ਼ੇ ਤੇ ਗੱਲਬਾਤ ਜ਼ਰੂਰ ਕਰਾਂਗੇ ਇੱਕ ਚਿੰਤਾ ਦਾ ਵਿਸ਼ਾ ਹੋਰ ਵੀ ਹੈ ਕਿ 40% ਜਿਹੜੇ ਅਨਟਾਰੀਓ ਦੇ ਹਸਪੀਟਲ ਦੇ ਕੰਮ-ਕੰਮ ਕਰਨ ਵਾਲੇ ਵਰਕਰਸ ਨੇ ਲੋਕ ਨੇ ਸਟਾਫ ਹੈ ਉਹ ਇਸ profession ਚੋਂ ਦੂਰ ਜਾਣਾ ਚਾਹੁੰਦੇ ਆ ਥੱਕਦੇ ਜਾ ਰਹੇ ਆ ਐਗਜ਼ੌਸਟ ਹੋ ਰਹੇ ਆ ਤਾਂ ਇਹ ਆਪਣੇ ਆਪ ਚ ਜੇ ਸਰਕਾਰ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਸਾਡਾ ਜਿਹੜਾ ਹੈਲਥ ਸਿਸਟਮ ਹੈ ਕੰਮੁਲਕ ਦਾ ਉਹਦੇ ਲਈ ਇੱਕ ਵੱਡੀ ਵੱਡਾ ਚੈਲੰਜ ਪੈਦਾ ਹੋ ਜਾਏਗਾ ਇਹਦੇ ਬਾਰੇ ਵੀ ਗੁਰਜੀਤ ਬਾਜਬਾਹੁਰ ਨਾਲ ਸਮਾਂ ਲੱਗਾ ਤੇ ਗੱਲਬਾਤ ਜ਼ਰੂਰ ਕਰਾਂਗੇ